ਕਣਕ ਦੇ ਮੁਆਵਜ਼ੇ ਦੀ ਕਰਾਂਗੇ ਇਹ ਨਿਹਰੀਆਂ ਝੱਕੜਾਂ ਵਾਲੇ ਮੁਆਵਜ਼ੇ ਦੀ ਗੱਲ ਹੋ ਰਹੀ ਹੈ ਨਾ ਸ਼ਾਇਦ ਸਰਕਾਰ ਪ੍ਰਚਾਰਤਾ ਕੀ ਸਿਫਟੀ ਰਹੀ ਇਹਦੇ 'ਚ ਦੇਖੋ ਜਿਹੜਾ ਨੁਕਸਾਨ ਹੋਇਆ ਸੀਗਾ ਇਹ ਨੁਕਸਾਨ ਇਸ ਤਰ੍ਹਾਂ ਦਾ ਹੋਇਆ ਸੀਗਾ ਕਿ ਇਸ ਨੂੰ ਸਮਝਣ ਵਾਸਤੇ ਥੋੜਾ ਜਿਹਾ ਇਹਨਾਂ ਦੇ ਜਿਹੜੇ ਦਫਤਰੀ ਬਾਬੂ ਆ ਨਾ ਉਹਨਾਂ ਨੂੰ ਸਿਰ ਵਰਤਨੇ ਚਾਹੀਦੇ ਆ ਉਹਨਾਂ ਨੂੰ ਅਕਲ ਵਰਤਨੀ ਚਾਹੀਦੀ ਆ ਕਿਉਂ ਕਿਉਂਕਿ ਅਸੀਂ ਜਿਸ ਖੇਤੇ ਚ ਪਲੇ ਆ ਅਸੀਂ ਜਿਸ ਖੇਤੇ ਚ ਜੰਮੇ ਆ ਸਾਡੇ ਵਟੇਰਿਆ ਨੇ ਦੱਸਿਆ ਕਿ ਇੱਥੇ ਵਟ ਨਾਲ ਵਟ ਛੱਡ ਜਾਂਦਾ ਵਟ ਨਾਲ ਵਟ ਛੱਡਣ ਦਾ ਮਤਲਬ ਕੀ ਆ ਕਿ ਇੱਕ ਕਿੱਲੇ ਦੇ ਵਿੱਚ ਕਈ ਵਾਰ ਮੀਂਹ ਪੈ ਜਾਂਦਾ ਚਖੜ ਆ ਜਾਂਦਾ ਨੁਕਸਾਨ ਹੋ ਜਾਂਦਾ ਕੁਝ ਵੀ ਆ ਤਾਂ گاਾਂ ਦੂਸਰੇ ਪਾਸੇ ਦੇਖੋ ਕਿ ਤੱਕ ਉੱਥੇ ਬਚਾਅ ਵੀ ਹੋ ਜਾਂਦਾ ਹੈ ਜੀ ਤਾਂ ਗੱਲ ਇਹ ਆ ਕਿ ਇਸ ਚੀਜ਼ ਨੂੰ ਇਹ ਸਮਝ ਨਹੀਂ ਰਹੇ ਅਸਲ ਦੇ ਵਿੱਚ ਤੇ ਜਦੋਂ ਰਾਜਨੀਤੀ ਜਿਹੜੀ ਹੋਵੇ ਨਾ ਉਹ ਬਾੜੀ ਤੱਤਿਆਂ ਦੀ ਰਾਜਨੀਤੀ ਹੋਵੇ ਤਾਂ ਉਦੋਂ ਪੰਬਲ ਪੂਸਾ ਹੋਰ ਵੀ ਵੱਧ ਜਾਂਦਾ ਏ ਕੀ ਕਰਦੇ ਆ ਕਿ ਯਕਦਮ ਫੋਕਰੀ ਛੱਡ ਦਿੰਦੇ ਆ ਯਕਦਮ ਇਹਨਾਂ ਨੇ ਕੋਈ ਚੁਚਰੀ ਛੇੜਦੇ ਨਹੀਂ ਹੁੰਦੀ ਆ ਅਸੀਂ ਜੀ ਵਿਸਾਖੀ ਤੱਕ ਮੁਆਵਜ਼ਾ ਪਾ ਦੇਾਂਗੇ ਮੁਆਵਜ਼ਾ ਪਾ ਦੇਾਂਗੇ ਜੀ ਫਲਾਂ ਕਰਦੇ ਆ ਕਿ ਉਹ ਫਿਰ ਨੁਕਸਾਨ ਜਿਹੜਾ ਸੀਗਾ ਉਹ ਲਿਖਿਆ ਗਿਆ ਬਹੁਤ ਜ਼ਿਆਦਾ ਜਿੱਥੇ ਕਿਤੇ ਮਾੜਾ ਮੋਟਾ ਵੀ ਹੋਇਆ ਸੀ ਅਗਲੇ ਨੇ ਉਹ ਵੀ ਪਵਾ ਦਿੱਤਾ ਜਾਂ ਪਾ ਲਿਆ ਤਾਂ ਉਹਦਾ ਸਿੱਟਾ ਕੀ ਹੋਇਆ ਕਿ ਜੋ ਕੋਈ ਇਹਨਾਂ ਨੇ ਫੰਡ ਰੱਖੇ ਸੀ ਕਿ ਉਹ ਥੜ ਗਏ ਨੁਕਸਾਨ ਜ਼ਿਆਦਾ ਸੀ ਫਿਰ ਇਹਨਾਂ ਨੇ ਵੇਖਿਆ ਕਿ ਫਸਲ ਤੇ ਯਾਰ ਭਰਪੂਰ ਹੋਈ ਆ ਹੁਣ ਇਸ ਗੱਲ ਤੇ ਅੜ ਗਏ ਨੇ ਕਿ ਜੇ ਫਸਲ ਭਰਪੂਰ ਹੋਈ ਆ ਜੇ ਦਾਣਾ ਫੱਕਾ ਜਿਹੜਾ ਹੈ ਉਹ ਝਾੜ ਦੇ ਪੱਖ ਤੋਂ ਇਹਨਾਂ ਜ਼ਿਆਦਾ ਬੰਪਰ ਝਾੜਦੇ ਜਾਂਦਾ ਤੇ ਫਿਰ ਯਾਰ ਅਸੀਂ ਮੁਆਵਜ਼ਾ ਕਿਉਂ ਦਈਏ ਹੁਣ ਇਹਨਾਂ ਨੇ ਵੈਰੀਫਿਕੇਸ਼ਨ ਦੇ ਨਾਮ ਤੇ ਰੋਕ ਦਿੱਤਾ ਹੈ ਪਰ ਹਕੀਕਤ ਕੀ ਹੈ ਹਕੀਕਤ ਇਹ ਹੈ ਕਿ ਜਿਨ੍ਹਾਂ ਦਾ 100% ਦੀ ਨੁਕਸਾਨ ਹੋਇਆ ਸੀ ਉਹਨਾਂ ਨੂੰ ਇਹ ਚਾਹੁੰਦੇ ਆ ਕਿ ਹੁਣ ਅੱਗੇ ਜਿਹੜਾ 15000 ਆਲਾ ਅਸੀਂ ਸ਼ਗੂਫਾ ਛੱਡਿਆ ਸੀਗਾ ਉਹਨਾਂ ਨੂੰ 65 ਕੁ ਸੌ ਦੇ ਦਈਏ ਤੇ ਮਾਮਲਾ ਨਿਬੇੜ ਦਈਏ ਪਰ ਇਹਨਾਂ ਅਕਲ ਦੇ ਅੰਨੇ ਆ ਅਫਸਰਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਸਭ ਤੋਂ ਜ਼ਿਆਦਾ ਜੇ ਨੁਕਸਾਨ ਹੋਇਆ ਤੇ ਸਾਡੇ ਦੋ ਤਿੰਨ ਇੱਥੇ ਵਿੰਦੇ ਵਿੰਦੇ ਪਿੰਡਾਂ 'ਚ ਹੋਇਆ ਅੱਛਾ ਉੱਥੇ ਵੀ ਨੁਕਸਾਨ ਐ ਇੱਕ ਫਾਟ 'ਚ ਹੋਇਆ ਕਿ ਲਾਸ ਦੀ ਗਈ ਆ ਉਹ ਉਹਦੇ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਆਸੇ ਪਾਸੇ ਫਸਲਾਂ ਠੀਕ ਨੇ ਜੀ ਹੁਣ ਜਿਹੜਾ 100% ਦੀ ਨੁਕਸਾਨ ਵਾਲਾ ਤੇ ਜਦੋਂ ਨੁਕਸਾਨ ਜਿਹੜਾ ਕੁਝ ਏਰੀਏ 'ਚ ਹੋਇਆ ਜਿੱਥੇ ਹੋਇਆ ਬਹੁਤ ਭਿਆਨਕ ਹੋਇਆ ਤੇ ਪਿਛਲੀ ਵਾਰੀ ਜਿਹੜੀ ਕਣਕ ਸੀ ਉਹ ਸੋਕੇ ਦਾ ਸ਼ਿਕਾਰ ਹੋ ਗਈ ਜੇ ਉਸ ਆંકੜੇ ਦੇ ਨਾਲ ਐਤਕੀ ਦੇ ਸਾਰੇ ਬਚੇ ਰਕਵੇ ਨੂੰ ਤੋਲੋਗੇ ਤੇ ਤੁਹਾਡੇ ਤੋਂ ਵੱਡਾ ਬੇਵਕੂਫ ਕੋਈ ਅਫਸਰ ਨਹੀਂ ਆਏਗਾ ਕੋਈ ਨਹੀਂ ਆਏਗਾ ਕਿਉਂਕਿ ਪਿਛਲੀ ਵਾਰੀ ਦਾਣਾ ਸੁੱਕ ਗਿਆ ਸੀਗਾ ਦਾਣਾ ਸੋਕੇ ਦਾ ਸ਼ਿਕਾਰ ਹੋ ਗਿਆ ਝਾੜ ਜਿਹੜਾ ਸੀਗਾ ਬਹੁਤ ਜ਼ਿਆਦਾ ਘਟ ਗਿਆ ਐਤਕੀ ਬਹੁਤ ਸਾਰੇ ਇਲਾਕੇ ਬਚ ਗਏ ਇਹ ਜਿਹੜਾ ਵੀ ਮਾੜਾ ਮੋਟਾ ਨੁਕਸਾਨ ਜਾਂ ਬਹੁਤਾ ਨੁਕਸਾਨ ਸੀ ਤਿੰਨ ਚਾਰ ਜ਼ਿਲ੍ਹਿਆਂ ਤੱਕ ਹੀ ਸੀਮਤ ਸੀਗਾ ਤੇ ਉਹਦੇ ਵਿੱਚ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਇਕਾਈਆਂ ਜੇ ਮੰਨੀਆਂ ਤਾਂ ਉਹ ਪਿੰਡ ਵੀ ਨਹੀਂ ਬਣਦੀਆਂ ਉਹ ਕੁਝ ਖੇਤ ਬਣਦੇ ਨੇ ਜੀ ਕੁਝ ਏਰੀਆ ਬਣਦੇ ਨੇ ਤਾਂ ਉਹਨਾਂ ਦੇ ਨਿਸ਼ਾਨਦੇਹੀ ਕਰਨ ਦੀ ਥਾਂ ਤੇ ਸਟੀਕ ਜਾਣਕਾਰੀ ਹਾਸਲ ਕਰਨ ਦੀ ਥਾਂ ਤੇ ਇਹ ਪ੍ਰਚਾਰ ਦੇ ਵਿੱਚ ਰੁੱਝ ਗਏ ਇੱਥੇ ਐਡਾ ਸੰਦੂਖ ਜਿਹੜਾ ਚੈੱਕ ਵੀ ਦੇ ਦਿੱਤਾ ਆ ਕੇ ਅਬੋਰ ਦੇ ਵਿੱਚ ਲੋ ਜੀ ਅਸੀਂ ਇਹ ਕਰ ਦਿੱਤਾ ਉਹ ਕਰ ਦਿੱਤਾ ਪਰੰਤੂ ਹਕੀਕਤ ਇਹ ਆ ਕਿ ਜਦੋਂ ਹੁਣ ਇਹ ਕਾਗਜ਼ਾਂ 'ਚ ਦੇਖ ਰਿਹਾ ਕਿ ਇੱਕ ਪਾਸੇ ਬੰਪਰ ਫਸਲ ਹੈ ਤੇ ਦੂਸਰੇ ਪਾਸੇ ਇਹਨਾਂ ਨੂੰ ਨੁਕਸਾਨ ਬਣਿਆ ਪਿਆ ਤੇ ਅਸੀਂ ਕਿਉਂ ਦਈਏ ਪਰ ਉਸ ਕਿਉਂ ਦਈਏ ਦੇ ਚੱਕਰ ਦੇ ਵਿੱਚ ਜਿਨ੍ਹਾਂ ਦਾ ਅਸਲ ਨੁਕਸਾਨ ਹੋਇਆ ਉਹ ਹੁਣ ਰੋਂ ਡੈ ਆ ਕਿ 15-15 ਹਜ਼ਾਰ ਦੀ ਆਸ ਦੇ ਨਾਲ ਅਸੀਂ ਤੇ ਗਾਂ ਫੇਰ ਫੈਲੀਆਂ ਠੀਕੇ ਲੈ ਲੀਆਂ ਜਾਂ ਫੇਰ ਬੀਜ ਬਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਇਤਿਹਾਦ ਵਿਚਾਲੇ ਤੋੜ ਗਏ ਜੀ ਇਹ ਤਾਂ ਹੈ ਸੋ ਇਹ ਤਾਂ ਕੋਈ ਨਵੀਂ ਗੱਲ ਨਹੀਂ ਕਿ ਜਦੋਂ ਵਾਅਦੇ ਹੋ ਜਾਂਦੇ ਆ ਵਾਅਦੇ ਟੁੱਟਦੇ ਜ਼ਰੂਰ ਨੇ ਵਾਅਦੇ ਫੇਰ ਪਤਾ ਨਹੀਂ ਕਿੱਧਰ ਜਾਂਦੇ ਪਰ ਆਪਾਂ ਅੱਗੇ ਵਧੀਏ